ਹਾਂਜੀ ਸਤਿ ਸ਼੍ਰੀਕਾਲ ਜੀ ਸਵਾਗਤ ਆ ਤੁਹਾਡਾ ਚੈਨਲ ਦੇ ਉੱਤੇ ਤੇ ਜਿਹੜੇ ਭਰਾ ਪ੍ਰਾਣੇ ਨੇ ਉਹਨਾਂ ਨੂੰ ਪਤਾ ਮੈਂ ਲਗਾਤਾਰ ਵੀਡੀਓ ਪਾਈਆਂ ਤਿੰਨ ਚਾਰ ਵੀ ਸੁੰਡੀ ਜਾਂ ਫੰਗੀ ਸੈੱਟ ਦੀ ਸਪਰੇ ਜਿਹੜੀ 20 ਅਗਸਤ ਤੋਂ ਬਾਅਦ ਕਰਿਓ ਜੀ ਉਸ ਤੋਂ ਬਾਅਦ ਫਿਰ ਪਾਈ 13 14 ਨੂੰ ਵੀ ਜੀ 26 27 ਅਗਸਤ ਤੋਂ ਬਾਅਦ ਕਰਿਓ ਠੀਕ ਹੈ ਉਸ ਤੋਂ ਬਾਅਦ ਫਿਰ ਵੀਡੀਓ ਪਾਈ ਵੀ ਹੁਣ ਮਹੀ ਹੈ ਜੀ 26 ਤੋਂ ਲੈ ਕੇ 30 ਤੱਕ ਤਾਂ ਉਹਦਾ ਦੇਖ ਕੇ ਸਪਰੇ ਕਰਿਓ ਉਸ ਤੋਂ ਬਾਅਦ ਹੀ ਕਰਿਓ 30 ਤੀ ਤੇ ਅੱਜ 29 ਅਗਸਤ ਹੋ ਚੁੱਕੀ ਹੈ ਜੀ ਹੁਣ ਮੈਂ ਕਹਿਣਾ ਵੀ ਸਪਰੇਅ ਕਰ ਦੋ ਸਹੀ ਟਾਈਮ ਆ ਮੈਂ ਵੀ ਲੈ ਆਇਆ ਸਪਰੇਅ ਜਿਹੜੀ ਮੈਂ ਲੈ ਕੇ ਆਇਆ ਮੇਰੇ ਉਹ ਲੈ ਕੇ ਆਇਆ ਕਸਟੋੜੀਆ ਐਜੋਕਸੀ ਪਲਸ ਟੈਬੂਗੋਨਾਜੋਲ ਤੇ ਨਾਲ ਉਹਦੇ ਵਿੱਚ ਕਰ ਰਿਆਂ ਕੋਰਾਜ਼ਨ ਇੱਕ ਫੰਗੀ ਸਾਈਡ ਇੱਕ ਇਨਸੈਕਟੀਸਾਈਡ ਹੋਰ ਇਹਦੇ ਵਿੱਚ ਕੁਝ ਨਹੀਂ ਪਾਉਣਾ ਇੱਕ ਵਿੱਚ ਸਟicker ਜ਼ਰੂਰ ਪਾਉਂਗਾ ਠੀਕ ਹੈ ਜੀ ਤੇ ਸਿਲੀਕੋਨ ਬੇਸਡ ਜਿਹੜਾ ਸਪਰੇਡਰ ਹੁੰਦਾ ਉਹ ਜ਼ਰੂਰ ਪਾਉਣਾ ਉਹ ਤੁਸੀਂ ਜੇ ਢੋਲ ਨਾਲ ਵੱਡੇ ਢੋਲ ਨਾਲ ਕਰ ਰਹੇ ਹੋ ਤਾ ਐ ਮਨ ਨੂੰ ਵੀ ਯਾਰ ਜੇ 20 ਕਿੱਲੇ ਨੇ ਤੁਹਾਡੇ ਕੋਲੇ ਤਾਂ 1 ਲੀਟਰ ਬਹੁਤ ਆ ਠੀਕ ਹੈ ਜੀ 900 1000 1100 1200 ਦੀ ਰੇਂਜ ਚ ਤੁਹਾਨੂੰ ਮਿਲ ਜੂਗਾ ਜਿੱਥੋਂ ਮਰਜ਼ੀ ਲੈ ਲਓ ਜਿਹੜੀ ਮਰਜ਼ੀ ਕੰਪਨੀ ਦਾ ਲੈ ਲਓ ਤੇ ਮੇਨ ਮੇਨ ਪੰਗੀ ਸਾਈਡ ਮੇਨ ਮੇਨ ਇਨਸੈਕਟੀਸਾਈਡ ਜਿਹੜੇ ਤੁਸੀਂ ਕਰ ਸਕਦੇ ਹੋ ਉਹ ਮੈਂ ਇਸੇ ਵੀਡੀਓ ਦੇ ਵਿੱਚ ਦੱਸੂਗਾ ਵਿਦ ਟੈਕਨੀਕਲ ਵਿਦ ਦ ਡੋਜ ਤੇ ਤੁਸੀਂ ਜਿਹੜਾ ਮਰਜ਼ੀ ਲੈ ਸਕਦੇ ਹੋ ਜਿਹੜੀ ਮੈਂ ਦਵਾਈ ਕਰ ਰਿਹਾ ਵੀਰੇ ਇਹ ਲਗਭਗ 6-700 ਰੁਪਏ ਕਿੱਲਾ ਪਣੂਗਾ ਠੀਕ ਹੈ ਤੇ 200 ਰੁਪਿਆ ਕਰਵਾਈ ਲਾ ਲਓ ਤੁਸੀਂ ਮੰਨ ਲਓ 900 ਰੁਪਿਆ ਇੱਕ ਕਿੱਲੇ ਦਾ ਖਰਚਾ ਹੋਊਗਾ ਤਾਂ ਆਪਦਾ ਸੋਚ ਸਮਝ ਕੇ ਕਰਿਓ ਵੀਰੇ ਜੇ ਤੁਹਾਡੇ ਕੋਲੇ 10 ਕਿੱਲੇ ਨੇ ਤਾਂ ਸਿੱਧੇ ਦਾ ਸਿੱਧਾ 10000 ਰੁਪਿਆ ਤੁਹਾਡਾ ਜਾਊਗਾ ਇੱਕੋ ਛੱਟੇ ਤਾਂ ਆਪਦਾ ਸੋਚ ਵਿਚਾਰ ਕੇ ਕਰਿਓ ਕਿਤੇ ਭਮੱਕੜ ਨੂੰ ਮਾਰਨ ਦੇ ਚੱਕਰ ਦੇ ਵਿੱਚ ਨੁਕਸਾਨ ਨਾ ਕਰਾ ਲਿਓ ਫੰਗਸ ਬਹੁਤ ਜ਼ਿਆਦਾ ਹੋ ਚੁੱਕੀ ਆ ਹੁਣ ਕਿਉਂਕਿ ਟੈਂਪਰੇਚਰ ਹੀ ਇਹੋ ਜਿਹਾ ਹੋ ਰਿਹਾ ਤੇ ਹੁਣ ਫੰਗਸ ਵਧਣੀ ਆ ਤਾਂ ਫੰਗਸ ਦਾ ਇਲਾਜ ਵੀਰੇ ਕਰ ਲਿਓ ਸ਼ੀਥ ਹੋ ਲਾਈਟ ਜਿਹਨੂੰ ਆਪਾਂ ਕਹਿ ਦਿੰਨੇ ਆ ਉਹਦਾ ਇਲਾਜ ਕਰ ਲਿਓ ਚੰਗੀ ਤਰ੍ਹਾਂ ਫੰਗੀ ਸਾਈਡ ਕੋਈ ਵਧੀਆ ਚੰਗੀ ਕੰਪਨੀ ਦਾ ਪਾਇਓ ਕਈ ਭਰਾਵਾਂ ਨੂੰ ਵਹਿਮ ਹੁੰਦਾ ਵੀ ਜੇ ਵੀਰੇ ਮਾੜੀ ਦਵਾਈ ਦਿੱਤੀ ਜਾਂ ਮਾੜੀ ਕੰਪਨੀ ਦੀ ਉਹ ਅਸਰ ਨਹੀਂ ਕਰਦੀ ਹਨਾ ਵੀਰੇ ਟੈਕਨੀਕਲ ਤੇ ਕੰਪਨੀਆਂ ਸਪੋਜ਼ ਕਰੋ 10 ਕੰਪਨੀਆਂ ਕੋਲੇ ਇੱਕ ਟੈਕਨੀਕਲ ਆ ਤਾਂ 10 ਦੇ ਵਿੱਚੋਂ ਜ਼ਰੂਰੀ ਨਹੀਂ ਹੈਗਾ ਵੀ 10 ਦੀਆਂ 10 ਟੌਪ 'ਚ ਹੋਣ ਹੁਣ ਕਈ ਸੈਂਪਲ ਫੇਲ ਹੋ ਗਏ ਦੁਕਾਨਦਾਰ ਮੇਰੇ ਮਿੱਤਰ ਨੇ ਤਿੰਨ ਚਾਰ ਖਾਸ ਹੀ ਨੇ ਉਹ ਕਹਿੰਦੇ ਵੀਰੇ ਮਾੜੀ ਕੰਪਨੀ ਦੀ ਨਾਲ ਹੈ ਜੇ ਲੈਣੀ ਹੈ ਕੋਈ ਨਾਮੀ ਬ੍ਰਾਂਡਡ ਕੰਪਨੀ ਦੀ ਲੈ ਲਾ 2-400 ਰੁਪਿਆ ਵੱਧ ਜਾਊਗਾ ਕੋਈ ਫਰਕ ਨਹੀਂ ਪੈਣਾ ਪਰ ਕਈ ਐਮੀਸਟਾਰ ਟਾਪ ਵਾਲੇ ਸਾਲਟ ਦੇ ਵਿੱਚ ਹੈਕਜ਼ਾਪਾਪਾ ਕੀ ਵੇਚੀ ਜਾਂਦੇ ਨੇ ਹੈਕਜ਼ਾ ਕੋਨਾਜੋਲ ਹੀ ਪਾਏ ਪੱਗੇ ਵੇਚੀ ਜਾਂਦੇ ਨੇ ਠੀਕ ਆ ਆਪਾਂ ਨੂੰ ਹੁਣ ਕਿਹੜਾ ਪਤਾ ਨਾ ਆਪਾਂ ਡਾਕਟਰ ਭਰੋਸਾ ਕਰ ਸਕਦੇ ਆਂ ਬਸ ਤੇ ਇਸੇ ਕਰਕੇ ਮੈਂ ਕਹਿੰਨਾ ਵੀਰੇ ਆਪਦਾ ਬਚਾਓ ਕਰੋ ਜੇ ਬਾਈ ਨੇਮ ਨਹੀਂ ਲੈਣਾ ਤੁਸੀਂ ਮੈਨੂੰ ਪਤਾ ਵੀ ਬਾਈ ਨੇਮ ਜੇ ਆਪਾਂ ਪ੍ਰੋਡਕਟ ਲੈਣੇ ਆ ਕੋਈ ਵੀ ਉਹਨਾਂ ਨੇ ਰੇਟ ਨਹੀਂ ਘਟਾਇਆ ਸਾਰੇ ਕਹੀ ਜਾਂਦੇ ਵੀ ਰੇਟ ਘਟਿਆ ਘਟਿਆ ਪਰ ਬਾਈ ਨੇਮ ਵਾਲਿਆਂ ਨੂੰ ਕੋਈ ਬਹੁਤਾ ਫਰਕ ਨਹੀਂ ਪੈਂਦਾ ਜੇ 100 50 ਰੁਪਏ ਵੀ ਘਟਾਇਆ ਤਾਂ ਉਹ ਘਟਾਇਆ ਚ ਘਟਾਇਆ ਨਹੀਂ ਹੈਗਾ ਕਿਉਂਕਿ ਉਹਨਾਂ ਦਾ ਸਿੱਕਾ ਕਿਵੇਂ ਬੇਰ ਹੋਗੀ ਸਜੰਟਾ ਹੋਗੀ ਹਨਾ ਤਰੂਕਾ ਕੰਪਨੀ ਹੋਗੀ ਜਿਨ੍ਹਾਂ ਦੇ ਬਾਈ ਨੇ ਪ੍ਰੋਡਕਟ ਨੇ ਉਹਨਾਂ ਦਾ ਪੂਰਾ ਤੋਤੀ ਬੋਲਦੀ ਆ ਹਾਂ ਤੁਸੀਂ ਥੋੜਾ ਜਿਹਾ ਘਟਾ ਸਕਦੇ ਹੋ ਆਪਦਾ ਖਰਚਾ ਬਹੁਤ ਕੰਪਨੀਆਂ ਨੇ ਇੰਡੋਫਿਲ ਹੋਗੀ ਟੈਂਸੈਟੀਸਾ ਟਰੈਕਟਰ ਬ੍ਰਾਂਡ ਹੋਗੀ ਸ਼੍ਰੀਰਾਮ ਹੋਗੀ ਮਿੰਦਰਾ ਵਾਲਿਆਂ ਦੇ ਹੋਗੇ ਸੁਮੀਟੋਮੋ ਹੋਗੇ ਨਚੀਨੋ ਹੋ ਗਿਆ ਠੀਕ ਹੈ ਇਹ ਸਾਰੇ ਬ੍ਰਾਂਡ ਵੀ ਵਧੀਆ ਬ੍ਰਾਂਡ ਨੇ ਇਹਨਾਂ ਦੇ ਵੱਲ ਵੀ ਤੁਸੀਂ ਜਾ ਸਕਦੇ ਹੋ ਠੀਕ ਹੈ ਜੇ ਹੁਣ ਤੁਹਾਨੂੰ ਹੋਰ ਹੀ ਕਹੀ ਜਾਣ ਵੀ ਆਹ ਲੈ ਲਓ ਭਾਈ ਆਹ ਲੈ ਲਓ ਭਾਈ ਆਹ ਲੈ ਲਓ ਤਾਂ ਹੋਰ ਬਹੁਤ ਕੰਪਨੀਆਂ ਨੇ ਮੈਂ ਨਾਂ ਲੈ ਕੇ ਕਿਸੇ ਨੂੰ ਟਾਰਗੇਟ ਨਹੀਂ ਕਰ ਰਿਆ ਤੇ ਸਸਤੀ ਵੀ ਦੇ ਰਹੇ ਨੇ ਤਾਂ ਉਹਦਾ ਕੋਈ ਬਾਈ ਲਈ ਤੋਕ ਵਾਲੀ ਗੱਲ ਨਹੀਂ ਖਰਚਾ ਵੀ ਕਰਨਾ ਖੇਤ ਦੇ ਵਿੱਚ ਵੀ ਵੜਨਾ ਆਪਾਂ ਪੈਸੇ ਵੀ ਲੱਗੇ ਤੇ ਉਹਦਾ ਫਾਇਦਾ ਵੀ ਨਹੀਂ ਸਵਾਲ ਵੀ ਨਹੀਂ ਆਇਆ ਤਾਂ ਉਹਦਾ ਕੋਈ ਫਾਇਦਾ ਨਹੀਂ ਠੀਕ ਹੈ ਜੀ ਤਾਂ ਮੇਨ ਮੇਨ ਫੰਗੀਸਾਈਡ ਇਨਸੈਕਟੀਸਾਈਡ ਹੋਰ ਉਹਦੇ ਵਿੱਚ ਕੁਝ ਨਾ ਪਾ ਕੇ ਕਰੋ ਆਹ ਟਾਈਮ ਹੈ ਜਿਹੜਾ ਬਹੁਤ ਸੋਹਣਾ ਟਾਈਮ ਹੈ ਵੀਰੇ ਸਪਰੇਅ ਇੱਕ ਜ਼ਰੂਰ ਕਰ ਦਿਓ ਜਿਨ੍ਹਾਂ ਨੇ 5-7 ਦਿਨ ਪਹਿਲਾਂ ਕਰਤੀ ਉਹਨਾਂ ਨੂੰ ਲੋੜ ਨਹੀਂ ਜਿਨ੍ਹਾਂ ਨੇ 15 ਦਿਨ ਪਹਿਲਾਂ ਸਪਰੇਅ ਕੀਤੀ ਹੈ ਵੀਰੇ ਉਹ ਜ਼ਰੂਰ ਕਰ ਦੇਣਾ ਠੀਕ ਹੈ ਜ਼ਰੂਰੀ ਹੈ ਹੁਣ ਥੈਂਕ ਯੂ ਸੋ ਮਚ ਜੀ ਜੁੜੇ ਰਹੋ ਵੀਡੀਓ ਦੇ ਨਾਲ ਜਿਹੜੇ ਪੁਰਾਣੇ ਸੱਜਣ ਮਿੱਤਰ ਨੇ ਉਹਨਾਂ ਨੂੰ ਪਤਾ ਮੈਂ ਵੀਡੀਓ ਰੋਜ਼ ਪਾਉਣਾ ਤੇ ਅੱਗੇ ਤੁਸੀਂ ਚੈੱਕ ਕਰ ਲਿਓ ਫੰਗੀ ਸਾਈਡ ਤੇ ਇਨਸੈਕਟੀ ਸਾਈਡਾਂ ਦੀ ਮੈਂ ਲਿਸਟ ਪਾਉਣਾ ਇਸੇ ਵੀਡੀਓ ਦੇ ਵਿੱਚ ਤੇ ਫੰਗਸ ਵੀ ਦਿਖਾਉਣਾ ਆ ਜਾਓ ਕਰ ਬਰਿਆਸੀ ਸੀਥ ਬਲਾਈਟ ਹੈਨਾ ਇਹਦੇ ਨਾਲ ਤੁਹਾਡੇ ਕੋਲੇ 25% ਤੱਕ ਘਟ ਸਕਦੀ ਹੈ ਤੁਹਾਡੀ ਗੀਲਡ ਤੇ ਤੇ ਕਾਰਨ ਕੀ ਹੈ ਜਿਆਦਾ ਜੂੜੀਆਂ ਘਟ ਟੈਂਪਰੇਚਰ ਜਾਂ ਜੇ ਆਪਾਂ ਪਾਣੀ ਤੰਨ ਕੇ ਰੱਖਦੇ ਆ ਜਾਂ ਜੇ ਜਿਆਦਾ ਮੀਂਹ ਪੈ ਜੇ ਤਾਂ ਇਹਨੇ ਆਉਣਾ ਹੀ ਆਉਣਾ ਜਿਹੜੀਆਂ ਕੰਡੀਸ਼ਨਾਂ ਹੁਣ ਹੋ ਰਹੀਆਂ ਨੇ ਐਟ ਅ ਟਾਈਮ ਹੋ ਰਹੀਆਂ ਨੇ ਜਿੰਨਾ ਹੀ ਤੁਸੀਂ ਮਰਜ਼ੀ ਛਾ ਕੇ ਪਾਣੀ ਲਾਇਆ ਹੋਵੇ ਪਹਿਲਾਂ ਪਰ ਜੇ ਆਹ ਕੰਡੀਸ਼ਨ ਤੇ ਆ ਕੇ ਆਪਾਂ ਨੂੰ ਪਾਣੀ ਤਾਂ ਲਾਉਣਾ ਹੀ ਪੈਣਾ ਜਦੋਂ ਪੈਪਾਂ ਦੇ ਬਣ ਗਿਆ ਤਾਂ ਵੀਰੇ ਮੈਂ ਜਿਹੜੀ ਦਵਾਈ ਰਿਕਮੈਂਡ ਕਰਦਾ ਉਹ ਸਸਤੀਆਂ ਨਾਲ ਟਿਕਾਊ ਆ ਕਸਟੋਡੀਆ ਜੌਕਸੀ ਤੇ ਟੈਬੂਕੋਨਾ ਜੋਲ ਇਹਦੇ ਵਿੱਚ ਟੈਕਨੀਕਲ ਆ ਵੀਰੇ ਤੇ ਇਹ ਤੁਸੀਂ 1 ਲੀਟਰ ਜਿਹੜਾ 4 ਕਿੱਲਿਆਂ ਦੇ ਕਰ ਸਕਦੇ ਹੋ 250 ਐਮਐਲ ਹੈ ਜਿਹਦੀ ਇਹਦੀ ਡੋਜ਼ ਤੇ ਮਾਰਕੀਟ ਦੇ ਵਿੱਚ 1000 ਤੋਂ ਲੈ ਕੇ 2200 ਰੁਪਏ ਤੱਕ ਤੁਹਾਨੂੰ ਕੰਪਨੀਆਂ ਅਲਗ-ਅਲਗ ਦਾ ਮਿਲ ਜੂਗਾ ਜੀ ਠੀਕ ਹੈ ਦੂਜਾ ਫੰਗੀਸਾਈਡ ਜਿਹੜਾ ਸਭ ਤੋਂ ਬੈਸਟ ਆ ਇਹਦੇ ਲਈ ਉਹ ਹੈਗਾ ਜੀ ਪਲਸਰ ਠੀਕ ਹੈ ਪਲਸਰ ਟਾਇਆ ਫਲੂਜ਼ਾਮਾਈਡ 24% ਹੈ ਇਕੱਲੇ ਸੀਥ ਫਲਾਈਟ ਵਾਸਤੇ ਹੈ ਸਪੈਸ਼ਲੀ ਇਕੱਲੇ ਇਹਦੇ ਲਈ ਇਹਦੀ ਡੋਜ਼ ਹੈਗੀ ਹੈ ਜੀ 150 ਐਮਐਲ ਪ੍ਰਤੀ ਏਕੜ ਦੀ ਤੇ ਜੇ ਬਾਇ ਨੇਮ ਲਓਗੇ ਇਹ 23 2400 ਦਾ ਲੀਟਰ ਹੈ ਠੀਕ ਹੈ ਤੇ ਜੇ ਹੋਰ ਕੰਪਨੀ ਦਾ ਲਓਗੇ ਤਾਂ ਤੁਹਾਡੇ ਕੋਲੇ 1200 ਤੋਂ ਸਟਾਰਟਿੰਗ ਹੋ ਜੂਗੀ ਇਹਦੀ ਵੀ ਪਲਸਰ ਦੀ ਵੀ ਠੀਕ ਹੈ ਜੀ ਬਹੁਤ ਵਧੀਆ ਫੰਗੀ ਸੈਲ ਤੀਜਾ ਵੀਰੇ ਇਹਦਾ ਤਾਂ ਕੋਈ ਤੋੜ ਹੀ ਨਹੀਂ ਹੈਗਾ ਨਟੀਵੋ ਨਟੀਵੋ ਹੈ ਜਿਹੜਾ ਉਹ ਟੈਬੂਕੋਨਾਜ਼ੋਲ ਤੇ ਟ੍ਰਾਈਫਲੋਕਸੀ ਸਟ੍ਰੋਬਿਨ 80 ਗ੍ਰਾਮ ਦੀ ਡੋਜ਼ ਹੈ ਵੀਰੇ ਕਿੱਲੇ ਦੀ ਤੇ ਰੇਟ ਵੀਰੇ ਇਹ ਲਗਭਗ 600 500 ਦੇ ਕਰੀਬ ਕਿੱਲੇ ਇਚ ਤੁਹਾਨੂੰ ਪੈ ਜਾਊਗਾ ਠੀਕ ਹੈ ਤੇ ਬਾਈ ਨੇਮ ਲੈ ਲਓ ਤਾਂ ਮਚ ਬੈਟਰ ਹੈ ਜੇ ਕਿਸੇ ਹੋਰ ਕੰਪਨੀ ਦਾ ਲਓਗੇ ਤਾਂ ਥੋੜਾ ਜਿਹਾ 100 150 ਰੁਪਏ ਦਾ ਹੋਰ ਫਰਕ ਪੈ ਜਾਊਗਾ ਇੱਕ ਹੋਰ ਫੰਗੀ ਸਾਈਡ ਆ ਵੀਰੇ ਤੁਹਾਨੂੰ ਕਾ ਕੰਪਨੀ ਦਾ ਲਸਚਰ ਇਹ ਵੀ ਬਹੁਤ ਵਧੀਆ 320 ਐਮ ਐਲ ਦੀ ਡੋਜ਼ ਆ ਐਮ ਨੂੰ ਵੀ ਇਹ 1 ਲੀਟਰ ਆ ਜਿਹੜਾ ਉਹ ਲਗਭਗ 3 ਕਿੱਲਾਂ ਤੇ ਪੈ ਜਾਊਗਾ ਵੀਰੇ ਕਾਰਬਨਿਜ਼ਮ ਤੇ ਇੱਕ ਹੋਰ ਨਾਲ ਜੋਲ ਗਰੁੱਪ ਦਾ ਟੈਕਨੀਕਲ ਇਹਦਾ ਮਿਕਸ ਆ ਹੋਰ ਐਮੀਸਟਰ ਟਾਪ ਹਰੀ ਹੋਗੇ ਹੋਰ ਹੋਗੇ ਉਹ ਤੁਸੀਂ ਕਰ ਸਕਦੇ ਹੋ ਉੱਚੀਆਂ ਗੱਲਾਂ ਨੇ ਠੀਕ ਹੈ ਉਸ ਤੋਂ ਬਾਅਦ ਮੇਰੇ ਨਾਲ ਕੀ ਪਾਉਣਾ ਤੁਸੀਂ ਕੋਰੋਜ਼ਨ ਪਾ ਸਕਦੇ ਹੋ ਫੇਮ ਪਾ ਸਕਦੇ ਹੋ ਟਕੂਮੀ ਪਾ ਸਕਦੇ ਹੋ ਜਾਂ ਪ੍ਰੋਕਲੇਮ ਪਾ ਸਕਦੇ ਆ ਥਰਨ ਗਰੁੱਪ ਆਪਾਂ ਵਰਤੋ ਨਹੀਂ ਕਰਨੀ ਕਿਉਂਕਿ ਉਹ ਤੇਲਾ ਆਊਗਾ ਇਹਨਾਂ ਚਾਰਾਂ ਦੇ ਵਿੱਚੋਂ ਚਾਰੇ ਟੈਕਨੀਕਲਾਂ ਦੇ ਵਿੱਚੋਂ ਕੋਈ ਵੀ ਪਾ ਸਕਦੇ ਹੋ ਜੇ ਲਿਕਵਿਡ ਪ੍ਰੋਕਲੇਮ ਪਾਓਗੇ 1.9 EC ਵਾਲਾ ਉਹ ਵੀ ਤੁਸੀਂ ਪਾ ਸਕਦੇ ਹੋ ਪਿਛਲੀ ਵਾਰੀ ਉਹਨੇ ਹੀ ਸੁੰਡੀ ਮਾਰੀ ਸੀ ਪਰ ਉਹ ਖੁਸ਼ਕੀ ਜ਼ਿਆਦਾ ਕਰ ਦਿੰਦੀ ਹੈ ਥੋੜੀ ਜੀ ਜੇ ਤੁਸੀਂ ਇਹਨਾਂ ਦੇ ਵਿੱਚੋਂ ਵਰਤ ਲੋਗੇ ਮੈਂ ਜਿਹੜਾ ਲੈ ਕੇ ਆਇਆ ਮੇਰੇ ਕੋਰਾਜ਼ਨ ਲੈ ਕੇ ਆਇਆ ਮੈਂ ਤੇ ਬਾਈ ਨੇਮ ਹੀ ਲੈ ਕੇ ਆਇਆ ਕੋਰਾਜ਼ਨ ਤੇ ਇਹਦਾ ਵੀ ਰੇਟ ਵੀ ਤੇ ਤੁਹਾਡੇ ਕੋਲੇ ਮਾਰਕੀਟ ਦੇ ਵਿੱਚ ਅਲਗ-ਅਲਗ ਕੰਪਨੀਆਂ ਦਾ 1500 ਤੋਂ ਲੈ ਕੇ 2200 ਤੱਕ ਤੁਹਾਨੂੰ ਮਿਲ ਜਾਊਗਾ ਯਾਨੀ ਮੇਰੇ ਵਾਲਾ ਜਿਹੜਾ ਮੈਂ ਸਪਰੇਅ ਕਰ ਰਿਹਾ ਹਾਂ ਉਹ 900-1000 ਰੁਪਏ ਦੇ ਵਿੱਚ ਮੈਨੂੰ ਪੈ ਜਾਣੀ ਹੈ ਬਾਕੀ ਜਿਹੜੀ ਵੀ ਤੁਸੀਂ ਸਪਰੇਅ ਕਰੋਗੇ 700 600 ਤੋਂ ਤੱਕ ਘਟਦੀ ਹੀ ਨਹੀਂ ਬਾਈਫਰਥ੍ਰਿਨ ਸਾਈਪਰ ਸੁਪਰ ਪਾਉਣ ਦੀ ਵੀਰੇ ਵਿੱਚ ਲੋੜ ਨਹੀਂ ਠੀਕ ਹੈ ਆਹ ਚਾਰੇ ਟੈਕਨੀਕਲ ਤੁਸੀਂ ਮਿਲਾ ਕੇ ਕਰ ਸਕਦੇ ਹੋ ਨਾ ਐਨਪੀਕੇ ਕਰਨਾ ਤੇ ਬਾਕੀ ਪਾਣੀ ਆ ਜਿਹੜਾ ਉਹ ਕੋਸ਼ਿਸ਼ ਕਰੋ ਵੀ 150 ਲੀਟਰ ਰੱਖੋ ਜੇ ਭੁੰਡੇ ਵਾਲੇ 25 ਲੀਟਰal ਢੋਲੀ ਨਾਲ ਵੀ ਲਾਉਣੇ ਹੋ ਤਾਂ ਉਹਨਾਂ ਨੂੰ ਇੱਕ ਢੋਲੀ ਵਾਧ ਲਵਾ ਲਿਓ ਉਹਦਾ ਜ਼ਿਆਦਾ ਫਾਇਦਾ ਕਿਉਂਕਿ ਸਪਰੇਅ ਇੱਕ ਇਹ ਹੋਣੀ ਹੈ ਤੇ ਇੱਕ ਅੱਗੇ ਹੋਣੀ ਹੈ ਸਬਸਕ੍ਰਾਈਬ ਕਰ ਲਿਓ ਵੀਰੇ ਵੀਡੀਓ ਨੂੰ ਵੀਡੀਓ ਪੈਂਦੀਆਂ ਰਹਿਣਗੀਆਂ ਜੇ ਚੰਗੀ ਲੱਗੀ ਤਾਂ ਕਮੈਂਟ ਜ਼ਰੂਰ ਕਰਿਓ ਕਿਹੜਾ ਏਰੀਆ ਤੁਹਾਡਾ